ਸਤ ਸ੍ਰੀ ਅਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਪ੍ਰਾਈਵੇਟ ਸਕੂਲਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਤਾਂ ਦੱਸ ਦਈਏ ਵੀ 11 April ਨੂੰ ਜਿਹੜੇ ਆ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਰੋਸ ਪ੍ਰਗਟ ਕਰਨਗੇ ਕਾਹਦਾ ਰੋਸ ਪ੍ਰਗਟ ਕਰਨਗੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਗੁਰਦਾਸਪੁਰ ਚ ਪਿੱਛੇ ਇੱਕ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਸੀ 4 ਸਾਲਾ ਲੜਕੀ ਦਾ ਜਿਹੜਾ ਜ਼ਬਰਜਨਾਹ ਕੀਤਾ ਗਿਆ ਸੀ ਜ਼ਬਰਜਨਾਹ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਕਹਿ ਸਕਦੇ ਹਾਂ ਵੀ ਕਾਰਵਾਈ ਵੀ ਜਿਹੜੀ ਪ੍ਰਸ਼ਾਸਨ ਨੇ ਕੀਤੀ ਸੀ ਸਕੂਲ ਦੇ ਖਿਲਾਫ ਕਾਰਵਾਈ ਹੋਈ ਸੀ ਤਾਂ ਉਸ ਦੀ ਖਿਲਾਫਤ ਜਿਹੜੀ ਆ ਹੁਣ ਪ੍ਰਾਈਵੇਟ ਸਕੂਲਸ ਜਿਹੜੇ ਆ ਕਰਨ ਜਾ ਰਹੇ ਆ ਤਾਂ ਰੋਸ ਜਿਹੜਾ ਪ੍ਰਗਟ ਕਰਨਗੇ 11 April ਨੂੰ ਕਰਨਗੇ ਅਤੇ ਪ੍ਰਾਈਵੇਟ ਸਕੂਲ ਦਾ ਵੀ ਸਿੱਧੇ ਤੌਰ ਤੇ ਤਾਂ ਦੱਸ ਦਈਏ ਵੀ ਉਹਨਾਂ ਦਾ ਵੀ ਜਿਹੜਾ ਹੈ ਸਪਸ਼ਟੀਕਰਨ ਜਿਹੜਾ ਹੈ ਸਾਹਮਣੇ ਆਇਆ ਹੈ ਸਪਸ਼ਟੀਕਰਨ ਇਹ ਸਾਹਮਣੇ ਆਇਆ ਹੈ ਵੀ ਜਦੋਂ ਕੁੜੀ ਉਹ ਸੀਗੀ ਸਕੂਲ ਦੇ ਵਿੱਚ ਸੀਗੀ ਤਾਂ ਸਾਰੀਆਂ ਜਿਹੜੀਆਂ ਨੇ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਕਢਾਈਆਂ ਸੀ ਤਾਂ ਸਕੂਲ ਦੇ ਵਿੱਚ ਉਹ ਬਿਲਕੁਲ ਜਿਹੜੀ ਆ ਠੀਕ ਆ ਬਿਲਕੁਲ ਠੀਕ ਕਰੇ ਘਰ ਦੇ ਵਿੱਚ ਜਾਂਦੀ ਆ ਤਾਂ ਸਕੂਲ ਦੇ ਵਿੱਚੋਂ ਜਦੋਂ ਘਰੇ ਜਾਂਦੀ ਆ ਉਦੋਂ ਵੀ ਬਿਲਕੁਲ ਠੀਕ ਹੁੰਦੀ ਆ ਉਸ ਤੋਂ ਬਾਅਦ ਘਰ ਜਾਣ ਤੋਂ ਬਾਅਦ ਉਹ ਆਪਣੇ ਮਹੱਲੇ ਦੇ ਵਿੱਚ ਖੇਡਦੀ ਆ ਤਾਂ ਉਸ ਦੀ ਵੀ ਵੀਡੀਓ ਜਿਹੜੀ ਆ ਸਾਹਮਣੇ ਆਈ ਆ ਬਾਜ਼ਾਰ ਵਿੱਚ ਵੀ ਜਾਂਦੀ ਆ ਉਹਦੀ ਵੀ ਵੀਡੀਓ ਸਾਹਮਣੇ ਆਈ ਆ ਸਿੱਧੇ ਤੌਰ ਤੇ ਇਹ ਗੱਲ ਕਹੀ ਗਿਆ ਸਕੂਲ ਵਾਲਿਆਂ ਲੋ ਵੀ ਜਿਹੜਾ ਜ਼ਬਰਜਨਾਹ ਜਿਹੜਾ ਹੋਇਆ ਸੀਗਾ ਉਹ ਕੁੜੀ ਨਾਲ ਉਹ ਸਕੂਲ ਦੇ ਵਿੱਚ ਨਹੀਂ ਹੋਇਆ ਇਸ ਕਰਕੇ ਸਕੂਲ ਨੂੰ ਜਿਹੜਾ ਇਹ ਜਾਣ ਕੇ ਫਸਾਇਆ ਜਾ ਰਿਹਾ ਤਾਂ ਉਸ ਦਾ ਰੋਸ ਜਿਹੜਾ ਹੈ ਸਾਰੇ ਪ੍ਰਾਈਵੇਟ ਸਕੂਲ ਉਸ ਦਾ ਜਿਹੜਾ ਹੈ ਰੋਸ ਪ੍ਰਗਟ ਕਰਨਗੇ ਅਸਲੀ ਉਹਨਾਂ ਨੇ ਵੱਡਾ ਫੈਸਲਾ ਲਿਆ ਸਰਕਾਰ ਦੇ ਖਿਲਾਫ ਕਹਿ ਸਕਦੇ ਆ ਇੱਕ ਵੱਡਾ ਫੈਸਲਾ ਉਹਨਾਂ ਨੇ ਲਿਆ ਵੀ 11 April ਨੂੰ ਪੰਜਾਬ ਦੇ ਜਿਹੜੇ ਨੇ ਸਾਰੇ ਸਕੂਲ ਜਿਹੜੇ ਨੇ ਇੱਕ ਦਿਨ ਵਾਸਤੇ ਜਿਹੜੇ ਆ ਬੰਦ ਰਹਿਣਗੇ ਅਤੇ ਇਹ ਵੀ ਗੱਲ ਕਹਿ ਦਿੱਤੀ ਕਿ ਵੀ ਉਸ ਤੋਂ ਬਾਅਦ ਵੀ ਅਸੀਂ ਹੋਰ ਵੀ ਕੋਈ ਨਾ ਕੋਈ ਪਲਾਨ ਕਰ ਸਕਦੇ ਹਾਂ ਆਪਸ ਦੇ ਵਿੱਚ ਬਹਿ ਕੇ ਮੀਟਿੰਗ ਕਰ ਸਕਦੇ ਹਾਂ ਅਤੇ ਇਹ ਵੀ ਗੱਲ ਕਹੀ ਗਈ ਹੈ ਵੀ ਜਿਹੜੇ ਮੁੱਖ ਦੋਸ਼ੀ ਸਨ ਉਹਨਾਂ ਨੂੰ ਬਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਦੋਸ਼ੀ ਸਨ ਉਹਨਾਂ ਨੂੰ ਹਜੇ ਤੱਕ ਜਿਹੜਾ ਹੈ ਫੜਿਆ ਨਹੀਂ ਗਿਆ ਮੁੱਖ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਕਿਹਾ ਜਾ ਰਿਹਾ ਵੀ ਸਕੂਲ ਦੇ ਖਿਲਾਫ ਜਾਣ ਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣ ਕੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਸਕੂਲ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਵੀ ਨਹੀਂ ਸੀ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਵੀ ਕਿਹਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਬੈਠਕ ਦਾ ਜਿਹੜਾ ਹੈ ਉਹ ਵੀ ਕਹਿ ਸਕਦੇ ਆ ਇਨਵੀਟੇਸ਼ਨ ਵੀ ਦਿੱਤਾ ਗਿਆ ਮੰਗ ਪੱਤਰ ਵੀ ਜਿਹੜਾ ਪੇਸ਼ ਕੀਤਾ ਗਿਆ ਮੰਗ ਪੱਤਰ ਵੀ ਪੇਸ਼ ਕੀਤਾ ਗਿਆ ਅਤੇ ਸੀਬੀਐਸਸੀ ਅਧਿਐਕਸ਼ ਜਿਹੜੇ ਅਨਿਲ ਚੋਪੜਾ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ 11 April ਨੂੰ ਸਾਰੇ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਅਤੇ ਇਸ ਦਾ ਕਹਿ ਸਕਦੇ ਆ ਸਮਰਥਨ ਜਿਹੜਾ ਹੈ ਵੱਖ-ਵੱਖ ਸ਼ਹਿਰਾਂ ਤੋਂ ਹੁਣ ਆੜਾ ਵੀ ਸ਼ੁਰੂ ਹੋ ਗਿਆ ਵੱਖ-ਵੱਖ ਸ਼ਹਿਰਾਂ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਹੜੇ CBSE ਬੋਰਡ ਦੇ ਅੰਡਰ ਆਂਦੇ ਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਵੀ ਅਸੀਂ ਜਿਹੜੇ ਆਪਣੇ ਸਕੂਲ ਉਸ ਦਿਨ 11 April ਨੂੰ ਬੰਦ ਰੱਖਾਂਗੇ ਅਤੇ ਸਿੱਧੇ ਤੌਰ ਤੇ ਉਹ ਪ੍ਰਾਈਵੇਟ ਸਕੂਲ ਗੁਰਦਾਸਪੁਰ ਦੇ ਵਿੱਚ ਜਿਹੜਾ ਜ਼ਬਰਜਨਾ ਦਾ ਮਾਮਲਾ ਹੋਇਆ ਸੀ ਤਾਂ ਸਿੱਧੇ ਤੌਰ ਤੇ ਪ੍ਰਾਈਵੇਟ ਸਕੂਲ ਹੈ ਕਹਿ ਰਿਹਾ ਵੀ ਸਾਨੂੰ ਜਾਣ ਕੇ ਫਸਾਇਆ ਜਾ ਰਿਹਾ ਸਾਡੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਅਸੀਂ ਪੂਰਨ ਤੌਰ ਤੇ ਸੀਸੀਟੀਵੀ ਫੁਟੇਜ ਜੜੀ ਆ ਖੰਗਾਲੀ ਸੀਗੀ ਤਾਂ ਉਸ ਦੇ ਵਿੱਚ ਕੁੜੀ ਬਿਲਕੁਲ ਸਹੀ ਸੀਗੀ ਘਰੇ ਜਦ ਹੋ ਗਈ ਆ ਉਦੋਂ ਵੀ ਬਿਲਕੁਲ ਸਹੀ ਸੀਗੀ ਤਾਂ ਉਸ ਤੋਂ ਬਾਅਦ ਜੋ ਉਸ ਨਾਲ ਤੱਕਾ ਹੋਇਆ ਜਬਰਜਨਾ ਹੋਇਆ ਉਸ ਤੋਂ ਬਾਅਦ ਹੋਇਆ ਸਕੂਲ ਵਾਲਿਆਂ ਦਾ ਇਹ ਆਪਣਾ ਇਹ ਬਿਆਨ ਦਿੱਤਾ ਤਾਂ ਇਸ ਕਰਕੇ ਜਿਹੜਾ ਹੈ ਰੋਸ ਵੀ ਪ੍ਰਗਟ ਕਰ ਰਿਹਾ ਹੈ ਤਾਂ ਰੋਸ ਪ੍ਰਗਟ ਕਰਦੇ ਆ 11 April ਨੂੰ ਜਿਹੜੇ ਆ ਸਕੂਲ ਉਹ ਬੰਦ ਰਹਿਣਗੇ